ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਸਕਾਰਪੀਓ ਕਾਰ ਜੋ ਇੱਕ ਪੰਪ ਤੇ ਤੇਲ ਪਵਾਉਣ ਦੇ ਲਈ ਰੁਕੀ। 5290 ਰੁਪਏ ਦਾ ਤੇਲ ਵੀ ਪਵਾ ਲਿਆ। ਜਦੋਂ ਪੇਮੈਂਟ ਮੰਗੀ ਤਾਂ ਪੇਟੀਐਮ ਕਰਨ ਦੇ ਲਈ ਕਿਹਾ। ਕਰਿੰਦੇ ਨੇ ਸਕੈਨ ਕਰਕੇ ਇਸ ਦਾ ਫੋਨ ਵੀ ਦੇ ਦਿੱਤਾ। ਫਿਰ ਕੀ ਸੀ, ਪੇਮੈਂਟ ਕਰਦਾ ਕਰਦਾ ਸਕਾਰਪੀਓ ਭਜਾ ਕੇ ਲੈ ਗਿਆ ਤੇ ਪੰਪ ਦੇ ਕਰਿੰਦੇ ਖੜੇ ਇੱਕ ਦੂਜੇ ਵੱਲ ਦੇਖਦੇ ਰਹਿ ਗਏ। ਰਾਤ ਵੇਲੇ ਸਕਾਰਪੀਓ ਸਵਾਰ 5290 ਰੁਪਏ ਦਾ ਚੂਨਾ ਲਗਾ ਕੇ ਫਰਾਰ ਹੋ ਗਿਆ। ਪੂਰਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਤੇ ਸਥਿਤ ਤਨੇਜਾ ਪੈਟਰੋਲ ਪੰਪ ਦਾ ਹੈ। ਰਾਤ ਕਰੀਬ 1 ਵਜੇ ਇਹ ਸ਼ਾਤਰ ਨੌਜਵਾਨ ਪੰਪ ਤੇ ਆਇਆ ਸੀ। ਕਾਰ ਦੇ ਵਿੱਚੋਂ ਬਾਹਰ ਵੀ ਨਿਕਲਿਆ ਪਰ ਇਸਨੇ ਤੇਲ ਪਵਾ ਕੇ ਪੈਸੇ ਨਹੀਂ ਦਿੱਤੇ। ਤਸਵੀਰਾਂ ਨੂੰ ਧਿਆਨ ਨਾਲ ਦੇਖਣ ਤੇ ਪਤਾ ਚੱਲਦਾ ਕਿ ਕਾਰ ਦੀਆਂ ਦੋਵੇਂ ਨੰਬਰ ਪਲੇਟਾਂ ਕਾਲੀਆਂ ਕੀਤੀਆਂ ਹੋਈਆਂ ਸੀ। ਪੰਪ ਮਾਲਕਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ। ਬੜੇ ਹੀ ਸ਼ਾਤਰ ਢੰਗ ਦੇ ਨਾਲ ਇਸ ਨੌਜਵਾਨ ਦੇ ਵੱਲੋਂ 5290 ਰੁਪਏ ਦਾ ਤੇਲ ਪਵਾਇਆ ਗਿਆ ਔਰ ਪੇਟੀਐਮ ਕਰਨ ਦਾ ਬਹਾਨਾ ਲਗਾ ਕੇ ਕਾਰ ਇੱਥੋਂ ਭਜਾ ਕੇ ਲੈ ਗਿਆ ਔਰ ਪੰਪ ਦੇ ਖੜੇ ਦੋ ਕਰਿੰਦੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਰਹੇ।